क्लिक की तरफ से इस समय हम पहुंचे हैं टीकरी बॉर्डर। यहां किसानों का आंदोलन चल रहा है। किसानों के आंदोलन में महिलाओं की बहुत बड़ी संख्या में भागीदारी है। वे खुद अपनी अपनी मांगों को हमारे सामने साझा करेंगी। और सबसे अहम बात इस आंदोलन की है कि जिस तरह से अलग अलग जिलों से महिलाएं आई हैं पंजाब से, और उन्होंने अपनी एक अलग जगह और अलग आवाज़ बनाई है नेतृत्व के स्तर पर, वह इस आंदोलन को बहुत ख़ास बनाती है। हमारे साथ हैं इस समय बिंदु, जो एक बहुत अहम चेहरा पंजाब महिला किसान आंदोलन का हैं। सबसे पहले बिंदु जी, आप बताएं कि कब से आप दिल्ली में हैं? असी 28 तरीक तो दिल्ली चाहें जी, कि सानू असी 26 ते 27 तरीक नू दिल्ली चाहना सी। असी 26 तरीक नू खनौरी बार्डर ते डब वाली बार्डर ते सी जी, उत्थे बैरीगेड लाए हुए सीगे हरियाणा पुलिस ने दोनों पासे, असी वो बैरीगेड तोड़दे हुए। ये बताइए कि महिला किसान महिलाओं को क्या फ़र्क पड़ेगा इस जो बिल आया है उससे? देखो जी, जो महिला औरतों ने जो ये बिल आने उन्होंने असर जिते कोले लिकाई तो पैना है, तो जड़ियाँ औरतों ने यह पहल ही दवाइया हुई ने समाज के वलों, ये इन्हों को वसीले नहीं है, इन्हों को उमें रुजगार के कोई साधन नहीं है। असी औरतं भी जमीन के नाल जुड़िया हुई है, औरतों तो पहल ही जबर बहुत होंगे ने, तो जो ये बिल लागू होने हैं ये नाल औरतों पर बड़े हमले होने ने। ਸਾਡੇ ਹੌਂਸਲੇ ਐਂ ਬੁਲੰਦ ਨੇ, ਅਸੀਂ ਹੌਂਸਲਿਆਂ ਨਾਲ ਬੈਠੇ ਹਾਂ ਆਪਦਾ ਹੱਕ ਲੈਣ ਵਾਸਤੇ। ਅਸੀਂ ਗੌਰਮੈਂਟ ਤੋਂ ਕੋਈ ਚੀਜ਼ ਨਹੀਂ ਮੰਗਦੇ ਹੈਗੇ, ਅਸੀਂ ਆਪਦਾ ਸਾਰਾ ਰਾਸ਼ਨ ਲੈ ਕੇ ਆਏ ਹਾਂ, ਭਾਵੇਂ ਸਾਨੂੰ 6 ਮਹੀਨੇ ਲੱਗ ਜਾਣ, ਅਸੀਂ ਡਟ ਕੇ ਇੱਥੇ ਜਾਨਾਂ ਵੀ ਵਾਰ ਦਾਂਗੇ। ਆਪਕੀ ਕਿਆ ਮੰਗ ਹੈ, ਮੋਦੀ ਸਰਕਾਰ ਕੋ ਕਿਆ ਕਰਨਾ ਚਾਹੀਏ? ਮੋਦੀ ਸਰਕਾਰ ਤੋਂ ਜੀ ਜਿਹੜਾ 3 ਕਾਨੂੰਨ ਕਰੇ ਨੇ ਇਹ ਰੱਦ ਕਰ ਦੇ, ਸਾਡੀ ਇਹੀ ਮੰਗ ਹੈ। ਮੋਦੀ ਸਰਕਾਰ ਖਾਸ ਕਰ ਜਦੋਂ ਤੋਂ ਉਹ ਦੂਸਰੀ ਵਾਰ ਰਾਜਗੱਦੀ 'ਤੇ ਆਏ ਆ, ਉਹ ਬਹੁਤ ਹੰਕਾਰ ਹੋ ਗਿਆ ਉਹਨਾਂ ਨੂੰ ਕਿ ਅਸੀਂ ਤਾਂ ਦੂਸਰੀ ਵਾਰ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਬਣ ਗਈ, ਪ੍ਰਧਾਨ ਮੰਤਰੀ ਦੁਬਾਰਾ ਫਿਰ ਮੋਦੀ ਸਾਹਿਬ ਬਣ ਗਏ, ਤਾਂ ਉਦੋਂ ਤੋਂ ਉਹ ਜ਼ਿਆਦਾ ਹੰਕਾਰ ਦੇ ਵਿੱਚ ਹੈ। ਅਤੇ ਹੁਣ ਤੱਕ ਜਦੋਂ ਉਹਨਾਂ ਨੇ GST ਲਾਗੂ ਕੀਤਾ, ਨੋਟਬੰਦੀ ਲਿਆਏ, ਨਾਗਰਿਕਤਾ ਸੋਧ ਕਾਨੂੰਨ ਲਿਆਏ, ਭਾਵੇਂ ਆਪ ਜਿਹੜੇ ਚੇਤਨ ਲੋਕ ਹੈ ਜਥੇਬੰਦਕ ਲੋਕ ਹੈ ਉਹਨਾਂ ਨੇ ਉਹਨਾਂ ਸਾਰਿਆਂ ਦਾ ਵਿਰੋਧ ਕੀਤਾ, ਪਰ ਐਡੀ ਵੱਡੀ ਪੱਧਰ 'ਤੇ ਵਿਰੋਧ ਨਹੀਂ ਹੋਇਆ। ਇਸ ਤੋਂ ਉਹਨਾਂ ਦੇ ਉਦੋਂ ਦੇ ਹੌਂਸਲੇ ਇਹ ਕੇਂਦਰ ਸਰਕਾਰ ਦੇ ਬੁਲੰਦ ਸੀ ਵੀ ਖਾਸ ਕਰ ਮੋਦੀ ਸਰਕਾਰ ਦਾ ਵੀ ਜੋ ਅਸੀਂ ਕਹਿਤਾ ਉਹੀ ਹੋਊਗਾ, ਅਤੇ ਹਲੇ ਵੀ ਉਹ ਇਸੇ ਤਰ੍ਹਾਂ ਹੀ ਸੋਚ ਰਹੇ ਹੈ ਵੀ ਸਾਨੂੰ ਪਿੱਛੇ ਨਾ ਮੜਨਾ ਪਵੇ। ਪਰ ਜਿੱਡੀ ਵੱਡੀ ਪੱਧਰ 'ਤੇ ਸੰਘਰਸ਼ ਫਲੈਸ਼ ਹੋ ਗਿਆ, ਕਿਸਾਨਾਂ ਦੇ ਸੰਘਰਸ਼ ਨੂੰ ਜਿੰਨੀ ਹਮਾਇਤ ਹੈ, ਇਕੱਲੇ ਪੰਜਾਬ 'ਚੋਂ ਨਹੀਂ ਇਹ ਸੰਘਰਸ਼ ਭਾਰਤ ਦੀਆਂ ਸਾਰੀਆਂ ਸਟੇਟਾਂ ਦਾ। ਇਹ ਬਤਾਓ ਕਿ ਕੈਸੇ ਕਿਸਾਨ ਮੋਦੀ ਸਰਕਾਰ ਸੇ ਲੜੇਗਾ, ਉਨਕੇ ਪਾਸ ਤੋ ਬਹੁਤ ਤਾਕਤ ਹੈ ਨਾ? ਨਹੀਂ, ਹਮ ਸਮਝਦੇ ਹੈ ਕਿ ਤਾਕਤ ਉਨਕੇ ਪਾਸ ਫੌਜ ਕੀ ਹੈ, ਪੁਲਿਸ ਕੀ ਹੈ, ਪਰ ਲੋਕ ਜੇ ਇਹਨਾਂ ਆਪਣੀ ਤਾਕਤ ਨੂੰ ਸਮਝ ਲੈਣ, ਉਹ ਪੁਲਿਸ ਫੌਜ ਦੇ ਮੁਕਾਬਲੇ ਲੋਕਾਂ ਦੀ ਤਾਕਤ ਬਹੁਤ ਬੜੀ ਹੈ। ਇੱਥੇ ਅਸੀਂ 5000 ਦੀ ਗਿਣਤੀ ਦੇ ਵਿੱਚ ਔਰਤਾਂ ਨੂੰ ਲੈ ਕੇ ਆਏ ਸੀ ਜੀ, ਅਤੇ ਕੁਝ ਔਰਤਾਂ ਅਸੀਂ ਪੰਜਾਬ ਦੇ ਵਿੱਚ ਛੱਡ ਕੇ ਆਏ ਸੀਗੇ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਮੋਰਚੇ ਚੱਲ ਰਹੇ ਆ, ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਹੈ, ਰਿਲਾਇੰਸ ਪੰਪ ਘੇਰੇ ਹੋਏ ਹੈ, ਸ਼ੋਪਿੰਗ ਮਾਲ ਹੈ, ਹੋਰ ਹੈ, ਕਿੰਨੇ ਉਹ 60 ਥਾਵਾਂ 'ਤੇ ਚੱਲ ਰਹੇ ਨੇ, ਉਹਨਾਂ 'ਤੇ ਪਿੱਛੇ ਪੰਜਾਬ ਦੇ ਵਿੱਚ ਔਰਤਾਂ ਵੱਡੀ ਪੱਧਰ 'ਤੇ ਔਰਤਾਂ ਉੱਥੇ ਆ ਰਹੀਆਂ ਨੇ ਪਰਿਵਾਰਾਂ 'ਚੋਂ, ਬੱਚਿਆਂ ਸਮੇਤ ਨੌਜਵਾਨ ਕਿਸਾਨ ਵੀ ਆ ਰਹੇ ਨੇ, ਪਰ ਵੱਡੀ ਗਿਣਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਉਹਨਾਂ ਟੋਲ ਪਲਾਜ਼ਿਆਂ 'ਤੇ ਹੈਗੀ ਹੈ, ਹੋਰਾਂ ਥਾਵਾਂ 'ਤੇ ਹੈਗੀ ਹੈ। ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚੋਂ ਆਪਣੇ ਆਪਣੇ ਕਿਸਾਨ ਆਪਣੇ ਆਪਣੇ ਜ਼ਿਲ੍ਹੋ ਮੇ ਵੀ ਹੈ ਔਰ ਵਹਾਂ ਪਰ ਵੀ ਆੰਦੋਲਨ ਕਰ ਰਹੀ ਹੈ, ਪੰਜਾਬ ਮੇ ਵੀ ਅਭੀ। ਹਾਂਜੀ ਹਾਂਜੀ ਹਾਂਜੀ, ਪੰਜਾਬ ਮੇ ਵੀ ਇੱਕ ਇੱਕ ਜ਼ਿਲ੍ਹੇ 'ਚ 5-5, 6-6 ਥਾਈ ਅੰਦੋਲਨ ਚੱਲ ਰਹੇ ਆ ਜੀ। ਭਾਜਪਾ ਦੇ ਵਿਧਾਇਕਾਂ ਦੇ ਘਰਾਂ ਮੂਹਰੇ ਧਰਨੇ ਲਾਏ ਹੋਏ ਆ ਜੀ ਅਸੀਂ, ਇਸੇ ਤਰ੍ਹਾਂ ਹੀ ਟੋਲ ਪਲਾਜ਼ੇ। ਇਤਨੀ ਠੰਡ ਮੇ ਬਾਹਰ ਇਸ ਤਰ੍ਹਾਂ ਸੇ ਰਹਿਣਾ ਤੋ ਔਰਤੋਂ ਕੇ ਲੀਏ ਜ਼ਿਆਦਾ ਮੁਸ਼ਕਿਲ ਹੈ ਨਾ, ਟੋਇਲੇਟ ਵੀ ਨਹੀਂ ਹੈ, ਫਿਰ ਨਹਾਉਣਾ ਧੋਣਾ ਖਾਣਾ ਪੀਣਾ, ਉਹ ਕੈਸੇ ਕਰ ਰਹੇ ਆਪ ਲੋਕ? ਦੇਖੋ ਜੀ, ਇਸ ਸੰਘਰਸ਼ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੇ ਕਹਿਣਾ ਔਰਤਾਂ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ। ਸ਼ਾਮਿਲ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਜਿਹਦੇ ਵਿੱਚ ਔਰਤਾਂ ਸ਼ਾਮਿਲ ਹੁੰਦੀਆਂ, ਤਾਂ ਇਹਦਾ ਰੰਗ ਵੀ ਬਦਲਦਾ, ਅਤੇ ਰੰਗ ਬਦਲਣ ਦੇ ਨਾਲ ਇਹਦੇ ਵਿੱਚ ਜਿਹੜਾ ਜੋਸ਼ ਆ ਉਹ ਵੱਧਦਾ ਹੈਗਾ, ਅਤੇ ਹਾਕਮਾਂ 'ਤੇ ਵੀ ਇਸ ਗੱਲ ਦਾ ਅਸਰ ਹੁੰਦਾ ਕਿ ਪਰਿਵਾਰਾਂ ਸਮੇਤ ਲੋਕ ਸੰਘਰਸ਼ ਦੇ ਵਿੱਚ ਨੇ। ਅਤੇ ਜਿਹੜੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ, ਦੇਖੋ ਜੀ, ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਹਰ ਥਾਂ ਹੀ ਸਮੱਸਿਆਵਾਂ ਬਹੁਤ ਜ਼ਿਆਦਾ ਨੇ,
कि औरतां होने के नाते जिवें हुण असीं इत्थे आए हैं खुले च बैठे हैगे हाँ बहुत सारिया समस्यावां नूं असीं सर कर रहे हैं पर इस दे बावजूद भी औरतां पूरी मानसिक तौर पर तैयार हो के आईया ने पूरी तैयारी दे नाल आईया ने चाहे सानूं इत्थे बहुत सारे हरियाणे दे लोकां दे वल्लों प्रबंध किए गए ने साडियां औरतां दे लई उन्हां ने अपने जिवें पेट्रोल पंप है मॉल है जां होर उन्हां दे घर बार है वो दिते गए है कि किसी भी औरत ने उन्होंने खोल दिया है ताकि आप इस्तेमाल कर सके जो हरियाणा के लोग हैं उन्होंने मॉल वॉल खोल दिया है पेट्रोल पंप में भी खोला है उन्होंने टॉयलेट इस्तेमाल करने में आसानी है हाँ जी हाँ जी उन्होंने सानू सनी कि अपनी जड़िया थावान ने खोल दिखाई ने कि औरतों को किसी किस्म की भी समस्या नहीं आनी चाहिए आपको लगता है कि मोदी सरकार सुनेगी सुनेगी आप ही सुनेगी जो वो धाने गोडा रखे आप ही सुनेगी पहले तो उन्होंने वोटा पवाइया सातों उदों तो कहें असं भी 15-15 लाख रुपया पावे थोड़े खात्या वो भी चुप करके साडे किसान उदू बाद फिर न कहते नोटबंदी हो गई नोट बदलो वो भी साढ़े किसान ने सारे ने मन ली जो सिरे सिरे चढ़ गया हूँ साढ़े किसान जमीनों में हाथ पाते हैं साढ़े बच्चों द रोटियां खुवाते हाथों चो हूँ नहीं किसान पिछे हटते हूँ तो जमा एन करता हूँ तो गोडा रखा जमा समा सब पूरा तेज करा मोदी मना के पिछे मुड़ा उन्होंने असं पिछे नहीं मुड़ते महिला किसानों के ऊपर हमला भी बहुत तीखा है और वे जानती हैं कि उनका मुकाबला सिर्फ मोदी सरकार से ही नहीं उनके पक्ष में खड़ी पूरी ट्रोल आर्मी से है इसलिए वे राजनीतिक एजेंडे को बिल्कुल साफ साफ रखती हैं वे कहती हैं ये लड़ाई सिर्फ उनकी अपनी खेती या अपनी ज़मीन के लिए नहीं है यह लड़ाई हिंदुस्तान को दोबारा गुलाम बनाने से बचाने के लिए है और इसके लिए वे कुछ भी कर गुजरने पर तैयार हैं आमादा हैं उनका कहना है वे जान दे देंगी लेकिन इन 3 कृषि बिलों को वापस करवाए बिना वापस अपने घरों में नहीं जाएंगी Thank you.